अज हुशियारपुर हलका शाम चौरासी अधीन आउंदे पिंड कपाहट नजदीक सुक्की लकड़ नाल भरी इक ट्राली नूं चोरी दी लकड़ दस के प्यो पुत्तर वल्लों रोक लिया गया ते तुरंत इस दी सूचना थाना हरियाणा पुलिस दे जंगलात विभाग नूं दे दित्ती गई, जिस तों बाद थाना हरियाणा दे पुलिस अधिकारी मौके ते पुज्जे ते ट्राली नूं अपने नाल थाने लै गए अते अगलेरी कारवाई शुरू कर दित्ती। लद के लिया रहे ਇਹ ਤਾਂ ਪਤਾ ਹੋਣਾ ਕਿੱਥੋਂ ਭਰੀ ਆ ਕਿੱਥੋਂ ਲਿਆ ਰਹੇ ਸੀਗੇ ਆਪਾਂ ਦਫ਼ਤਰ ਨੂੰ ਲੈ ਕੇ ਆ ਰਹੇ ਹਾਂ ਭਾਜੀ ਨਹੀਂ ਤੁਸੀਂ ਮੋੜ ਕੇ ਲਿਆਂਦੀ ਆ ਬੰਦਿਆਂ ਨੂੰ ਦੇਖ ਕੇ ਭਰੀ ਕਿਹੜੀ ਜਗ੍ਹਾ ਤੋਂ ਭਾਜੀ ਕਿਹੜੇ ਬੰਦਿਆਂ ਨੂੰ ਦੇਖ ਕੇ ਮੋੜ ਕੇ ਲਿਆਂਦੀ ਆ ਦੱਸੋ ਮੈਨੂੰ ਜਿਹੜੇ ਬੰਦੇ ਇੱਥੇ ਦੋਸ਼ ਲਾ ਰਹੇ ਮੌਕੇ ਤੇ ਪਿੰਡ ਅਸੀਂ ਇਕੱਠੇ ਹੋਏ ਆ ਅੱਛਾ ਜੀ ਪਹਿਲਾਂ ਪਿੰਡ ਦੇ ਵਿੱਚੋਂ ਲੰਘ ਕੇ ਗਿਆ ਪਹਿਲਾਂ ਨੇ ਕਿਸੇ ਨੇ ਮੈਨੂੰ ਦੇਖਿਆ ਤੁਸੀਂ ਕਿਹੜੀ ਜਗ੍ਹਾ ਤੋਂ ਭਰੀ ਆ ਟਰਾਲੀ ਮੈਂ ਮੈਂਗਰੋਵਾਲ ਤੋਂ ਆਇਆ ਭਾਜੀ ਮੈਂਗਰੋਵਾਲ ਹੀ ਚੱਲਾਂ ਦਫ਼ਤਰ ਚੱਲਾਂ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਤੇ ਇਹਦੇ ਕੋਈ ਕਾਗਜ਼ਾਤ ਵਗੈਰਾ ਹੈਗੇ ਕਿੱਥੋਂ ਲੱਕੜ ਵੱਢੀ ਆ ਭਾਜੀ ਆਉਂਦੇ ਆ ਸਾਡੇ ਬੰਦੇ ਆਉਂਦੇ ਉਹ ਤੁਹਾਡੇ ਨਾਲ ਸਾਰੀ ਗੱਲਬਾਤ ਕਰਨਗੇ ਠੀਕ ਹੈ ਜੀ ਮੈਂ ਪ੍ਰਾਈਵੇਟ ਬੰਦਾ ਠੀਕ ਹੈ ਮੇਰਾ ਕੋਈ ਲੈਣ ਦੇਣ ਨਹੀਂ ਹੈਗਾ ਮੈਂ ਨੌਕਰੀ ਕਰਦਾ ਜਿਹੜੇ ਮੌਕੇ ਤੇ ਮੌਜੂਦ ਹੈ ਨਾ ਉਹਨੂੰ ਦੋਸ਼ ਲਾਇਆ ਇਹਨਾਂ ਨੂੰ ਦੋਸ਼ ਲਾਇਆ ਜਾ ਰਿਹਾ ਕਿ ਚੋਰੀ ਦੀ ਲੱਕੜ ਆ ਭਾਜੀ ਮੈਂ ਉਹੀ ਗੱਲ ਕਰਦਾ ਨਾ ਮੈਂ ਪ੍ਰਾਈਵੇਟ ਬੰਦਾ ਠੀਕ ਹੈ ਜੀ ਮੈਂ ਦਿਹਾੜੀਦਾਰ ਬੰਦਾ ਮੈਂ ਦਿਹਾੜੀ ਲਾਉਂਦਾ ਠੀਕ ਹੈ ਜੀ ਮੈਨੂੰ ਜਿੱਥੇ ਨੂੰ ਕਹਿਣਗੇ ਮੈਂ ਉੱਥੇ ਜਾਵਾਂਗਾ ਠੀਕ ਹੈ ਜੀ ਮੈਂ ਕਿ ਮਲੇ ਆ ਰਹੇ ਹੁਣ ਹਾਂਜੀ ਆ ਰਹੇ ਆ ਕਰਤੇ ਉਹਨਾਂ ਨੂੰ ਹੈਲੋ 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 ਪੰਕਜ ਜੈਨ ਕੀ ਨਾਮ ਹੈ ਤੁਹਾਡਾ ਪੰਕਜ ਜੈਨ ਟਰਾਲੀ ਰੋਕੀ ਆ ਕੀ ਕਾਰਨ ਹੈ ਜੀ ਇਹ ਟਰਾਲੀ ਜੰਗਲਾਤ ਨੇ ਚੋਰੀ ਵੱਢ ਕੇ ਵੇਚਣ ਜਾ ਰਹੇ ਕੀ ਪ੍ਰੂਫ ਹੈ ਤੁਹਾਡੇ ਤੋਂ ਇਹ ਜੰਗਲਾਤ ਦੀ ਟਰਾਲੀ ਹੈ ਜਿੱਥੋਂ ਵੱਢ ਹੋਈ ਉਹ ਵੀ ਸਾਨੂੰ ਪਤਾ ਹੈ ਇਹਨਾਂ ਕੋਲ ਕੋਈ ਪਰਮਿਟ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਜਦ ਕਿ ਆਮ ਬੰਦਾ ਆਪਣੇ ਜੰਗਲ ਚੋਂ ਵੀ ਲੱਕੜ ਇਕੱਠੀ ਕੱਢਦਾ ਉਹਦਾ ਚਲਾਨ ਕੱਢਦੇ ਆ ਕਿ ਤੁਸੀਂ ਲੱਕੜ ਨਹੀਂ ਇਕੱਠੀ ਕਰ ਸਕਦੇ ਆਪਣੇ ਘਰ ਬਾਲਣ ਲਈ ਮੇਰੇ ਕੋਲ ਪ੍ਰੂਫ ਹੈ ਕਿ ਬੰਦੇ ਹੈਗੇ ਬਹੁਤ ਜਿਨ੍ਹਾਂ ਨੇ ਆਪਣੇ ਬਾਲਣ ਲਈ ਲੱਕੜ ਇਕੱਠੀ ਕੀਤੀ ਉਹਨਾਂ ਦੇ ਵੀ ਇਹਨਾਂ ਨੇ ਚਲਾਨ ਕੱਟੇ ਆ ਤੇ ਹੁਣ ਤੁਹਾਨੂੰ ਕਿਹਦਾ ਪਤਾ ਲੱਗਿਆ ਗਿਆ ਕਿ ਲੱਕੜ ਚੋਰੀ ਦੀ ਅਜੇ ਵੇਚਣ ਜਾ ਰਹੇ ਇਹ 2 ਦਿਨ ਤਾਂ ਸਾਨੂੰ ਪਤਾ ਸੀ ਅਸੀਂ ਜਿੱਦਾਂ ਇਹ ਲੋਕਾਂ ਦੀ ਰੇਕੀ ਕਰਦੇ ਉਦਾਂ ਹੀ ਅਸੀਂ ਇਹਨਾਂ ਦੀ ਇਨਫੋਰਮੇਸ਼ਨ ਰੱਖੀ ਹੋਈ ਸੀ ਇਹ 2 ਦਿਨ ਤੋਂ ਮਾਲ ਵੱਢ ਰਹੇ ਸੀ ਜਿੱਥੇ ਵੱਢਿਆ ਸਾਨੂੰ ਉਹ ਵੀ ਜਗ੍ਹਾ ਪਤਾ ਜਿੱਥੇ ਇਹਨਾਂ ਨੇ ਮਾਲ ਵੱਢਿਆ ਕਿਹੜੀ ਜਗ੍ਹਾ ਤੋਂ ਵੱਢਿਆ ਨਹੀਂ ਜਾਂਦਾ ਮਾਲ ਇਹਨਾਂ ਨੇ ਇਹ ਮੈਂਗਰੋਵਾਲ ਦੇ ਖੱਟ ਚੋਂ ਵੱਢਿਆ ਇਹਨਾਂ ਨੇ ਲੰਬੀ ਚੋਂ ਕਿਹੜੀ ਜਗ੍ਹਾ ਤੇ ਜਾਣਾ ਸੀਗਾ ਇਹ ਸ਼ਹਿਰ 'ਚ ਕਿਤੇ ਇਹਨਾਂ ਨੇ ਵਿੱਚ ਬਾਲਣ ਵੇਚਣ ਜਾਣਾ ਸੀਗਾ ਇਹ ਅਮੂਮਨ ਵੇਚਦੇ ਆ ਕੀ ਕਾਰਨ ਹੋ ਗਿਆ ਇਹ ਸਾਨੂੰ ਇਹਨਾਂ ਨੇ ਮੋੜ ਤੋਂ ਦੇਖ ਲਿਆ ਕਿ ਇਹ ਲੋਕ ਖੜੇ ਇਸ ਲਈ ਡਰਾਈਵਰ ਨੇ ਟਰਾਲੀ ਵਾਪਸ ਘੁਮਾ ਲਈ ਜਾਣਕਾਰੀ ਪੁਲਿਸ ਨੂੰ ਦਿੱਤੀ ਆ ਕਿਉਂਕਿ ਅਧਿਕਾਰੀ ਤਾਂ ਸਾਰੇ ਮਿਲੇ ਹੋਏ ਇਹਨਾਂ ਨੂੰ 22/12/2022 ਨੂੰ ਇੱਕ ਕੰਪਲੇਂਟ ਦਿੱਤੀ ਸੀ ਆਪਾਂ ਇਹਨਾਂ ਦੇ ਖਿਲਾਫ ਉਹ ਇਹਨਾਂ ਨੇ ਵਾਪਸ ਉਹੀ ਅਧਿਕਾਰੀਆਂ ਨੂੰ ਕੰਪਲੇਂਟ ਦੇ ਸੋਲਵ ਕਰਨ ਲਈ ਦਿੱਤੀ ਕਿ ਇਹ ਤੁਹਾਡੇ ਖਿਲਾਫ ਕੰਪਲੇਂਟ ਹੈ ਜਿਹੜੇ ਅਧਿਕਾਰੀ ਆਪੇ ਚੋਰ ਉਹਨਾਂ ਨੂੰ ਕੰਪਲੇਂਟ ਸੋਲਵ ਕਰਨ ਲਈ ਦਿੰਦੇ ਪਏ ਆ ਇਹਦਾ ਮਤਲਬ ਇਹ ਕਿ ਉੱਚ ਅਧਿਕਾਰੀ ਵੀ ਜੰਗਲਾਤ ਦੇ ਇਹਦੇ ਵਿੱਚ ਮਿਲੇ ਹੋਏ ਆ ਮੌਕੇ ਤੇ ਪਹੁੰਚ ਰਿਹਾ ਕਿ ਨਹੀਂ ਅਜੇ ਮੌਕੇ ਤੇ ਪੁਲਿਸ ਬੁਲਾਈ ਹੈ ਜੀ ਉਹ ਆ ਜਾਂਦੀ ਆ ਠੀਕ ਹੈ ਕਿੱਥੇ ਰਹਿਣ ਵਾਲੇ ਤੁਸੀਂ ਹੁਸ਼ਿਆਰਪੁਰ ਦੇ ਜੀ ਸਰ ਇੱਕ ਪਾਠ ਤੋਂ ਮਾਮਲਾ ਸਾਹਮਣੇ ਆਇਆ ਹੈ ਕੁਛ ਲੋਕਾਂ ਨੇ ਦੋਸ਼ ਲਾਇਆ ਕਿ ਉਹਨਾਂ ਨੇ ਇੱਕ ਲੱਕੜ ਦੀ ਟਰਾਲੀ ਜਿਹੜੀ ਫੜੀ ਹੈ ਉਹ ਜੰਗਲਾਤ ਮਹਿਕਮਾ ਚੋਰੀ ਕਰਕੇ ਲੱਕੜ ਜਿਹੜਾ ਲਿਜਾ ਰਿਹਾ ਸੀਗਾ ਕੋਈ ਬਿਲੀ ਭੁਗਤ ਨਾਲ ਕੀ ਪੂਰਾ ਮਾਮਲਾ ਜੀ ਔਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਇਸ ਦੇ ਸੰਬੰਧ ਵਿੱਚ ਮੈਨੂੰ ਵੀ ਇੱਕ ਧਰੁਵ ਜੈਨ ਨਾਂ ਦੇ ਲੜਕੇ ਦਾ ਫੋਨ ਆਇਆ ਸੀਗਾ ਜਿਹਨੇ ਐਲੀਗੇਸ਼ਨ ਲਾਏ ਸੀ ਕਿ ਉਹ ਲੱਕੜ ਚੋਰੀ ਦੀ ਟਰਾਲੀ ਜਾ ਰਹੀ ਹੈ ਵੀ ਇਮੀਡੀਏਟਲੀ ਇੱਥੇ ਪੁਲਿਸ ਪਾਰਟੀ ਭੇਜੋ ਜੋ ਮੈਂ ਪੁਲਿਸ ਪਾਰਟੀ ਭੇਜੀ ਜੋ ਮੇਰੀ ਪੁਲਿਸ ਪਾਰਟੀ ਨੇ ਵੀ ਮੈਨੂੰ ਦੱਸਿਆ ਜੋ ਮੇਰੀ ਤਫਤੀਸ਼ ਆ ਉਹ ਤੋਂ ਮੈਂ ਇਹ ਪਾਇਆ ਗਿਆ ਵਾ ਕਿ ਫੋਰੈਸਟ ਦਾ ਏਰੀਆ ਬਹੁਤ ਜ਼ਿਆਦਾ ਵਾ ਜਦੋਂ ਕਿਸੇ ਪਿੰਡ ਤੋਂ ਜਾਂ ਕੋਈ ਬੰਦਾ ਕੰਪਲੇਂਟ ਕਰਦਾ ਫੋਰੈਸਟ ਡਿਪਾਰਟਮੈਂਟ ਨੂੰ ਕਿ ਇੱਥੇ ਲੱਕੜ ਪਈ ਹੋਈ ਹੈ ਜਾਂ ਰਹਿੰਦ ਖੁੰਦ ਲੱਕੜ ਦੀ ਪੁਰਾਣੀ ਪਈ ਹੋਈ ਹੈ ਕੋਈ ਤਾਂ ਉਹ ਫੋਰੈਸਟ ਡਿਪਾਰਟਮੈਂਟ ਇੱਕ ਸਰਕਾਰੀ ਪ੍ਰੋਸੈਸ ਹੁੰਦਾ ਉਹਨਾਂ ਦਾ ਉਹ ਉੱਥੋਂ ਕਲੈਕਟ ਕਰਕੇ ਲੱਕੜੀ ਆਪਣੇ ਜਿਹੜੇ ਆ ਨਰਸਰੀ ਦੇ ਵਿੱਚ ਲੈ ਜਾਂਦੇ ਆ ਉੱਥੇ ਦੀ ਮੈਜਰਮੈਂਟ ਕਰਦੇ ਆ ਅਤੇ ਉਹਦਾ ਹੋਰ ਵੀ ਜੋ ਉਹਦਾ ਫਾਰਮ ਵਗੈਰਾ ਭਰਨੇ ਆ ਜਾਂ ਉਹਦੀ ਐਂਟਰੀਜ਼ ਵਗੈਰਾ ਕਰਨੀ ਆ ਅਤੇ ਇਹ ਸਾਰਾ ਇੱਕ ਪ੍ਰੋਸੈਸ ਹੈਗਾ ਵਾ ਇਸ ਲਈ ਇਹ ਜਿਹੜੀ ਚੋਰੀ ਦੀ ਲੱਕੜ ਨਹੀਂ ਹੈਗੀ ਹੁਣ ਤੱਕ ਪਾਇਆ ਗਿਆ ਇੱਕ ਸਰਕਾਰੀ ਪ੍ਰੋਸੈਸ ਹੈ ਜਿਹੜਾ ਡਿਪਾਰਟਮੈਂਟ ਅਡੋਪਟ ਕਰ ਰਿਹਾ ਸੀ ਲੇਕਿਨ ਇਹ ਬੰਦਿਆਂ ਨੇ ਉੱਥੇ ਜਾ ਕੇ ਜਿਹੜਾ ਉਹ ਸਾਨੂੰ ਕਾਲ ਕਰਤੀ ਕਿ ਲੱਕੜ ਜਿਹੜੀ ਹੈ ਚੋਰੀ ਦੀ ਕੋਈ ਲੈ ਕੇ ਜਾ ਰਹੇ ਮੁਲਾਜ਼ਮ ਅਤੇ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਵਾਂ ਕਿ ਇਹ ਜਿਹੜੇ ਲੜਕੇ ਨੇ ਫੋਨ ਕੀਤਾ ਸੀਗਾ ਇਹਨਾਂ ਦੇ ਰੀਸੈਂਟਲੀ ਕੁਝ 11ਵੇਂ ਮਹੀਨੇ 10-11 ਨੂੰ ਇਹ ਲੜਕੇ ਦਾ ਨਾਂ ਧਰੁਵ ਜੈਨ ਆ ਇਹਦੇ ਫਾਦਰ ਦਾ ਨਾਂ ਪੰਕਜ ਜੈਨ ਆ ਇਹਨਾਂ 'ਤੇ ਵੀ ਇੱਕ ਮੁਕੱਦਮਾ ਜਿਹੜਾ ਦਰਜ ਹੋਇਆ ਸੀ ਹਰਟ ਕੇਸ ਦਾ ਔਰ ਲੱਕੜੀ ਚੋਰੀ ਕਰਨ ਦਾ ਜੰਗਲਾਤ ਮਹਿਕਮੇ ਦੇ ਵਿੱਚੋਂ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਉੱਥੇ ਸੈਕਸ਼ਨ 4 ਲੱਗਿਆ ਹੋਇਆ ਜੰਗਲਾਤ 'ਚੋਂ ਕੋਈ ਬੰਦਾ ਲੱਕੜੀ ਨਹੀਂ ਵੱਢ ਸਕਦਾ ਬਿਨਾਂ ਪਰਮਿਸ਼ਨ ਤੋਂ ਅਤੇ ਇਹਨਾਂ ਨੇ ਇਸ ਤਰ੍ਹਾਂ ਦਾ ਕੁਛ ਕੀਤਾ ਸੀ ਤਾਂ ਗਾਰਡ ਰੋਕਣ ਆਇਆ ਤਾਂ ਗਾਰਡ ਦੇ ਵੀ ਸੱਟਾਂ ਮਾਰੀਆਂ ਸੀ ਉਹਦੇ ਰਿਗਾਰਡਿੰਗ ਫੋਰੈਸਟ ਡਿਪਾਰਟਮੈਂਟ ਵੱਲੋਂ ਇਹ ਬੰਦਿਆਂ 'ਤੇ ਆਲਰੇਡੀ ਇੱਕ ਪਰਚਾ ਪਹਿਲਾਂ ਹੀ ਦਰਜ ਹੋ ਚੁੱਕਾ ਵਾ ਉਹਦੇ ਸੰਬੰਧ ਵਿੱਚ ਇਹ ਥੋੜ੍ਹਾ ਹਰਾਸਮੈਂਟ ਡਿਪਾਰਟਮੈਂਟ ਨੂੰ ਕਰਨ ਵਾਸਤੇ
इस तरह के गलत फोन करते, हजे तक कोई चोरी की लकड़ जी तस्दीक नहीं हुई है। बाकी मैं ये होर इन्वेस्टिगेशन कर रहा हजे। परमिंदर सिंह जी, सर जी लकड़ जिन्होंने जैम है उन्होंने लकड़ी जान के मतलब फड़ी कहते महकमे के बंदे बेचन जा रहे थे बेचन। हाँ जी हाँ जी हाँ जी ये कोई बेचन नहीं जा रहा है। लकड़ सानू साढ़े डिपार्टमेंट न मिली सी मैंगरोल जंगल 11 तरीक नूं सानू मिली सी। उन्हूं असी मोहतवर व्यक्ति ते पंचायत दी नूं जाणू करवा के अपने कब्जे च लै लिया। ये लकड़ असी हुशियारपुर डीएफओ दफ्तर भेजनी सी ते ड्राइवर साडा कहिंदा वी मेरे किसी रिश्तेदार च मौत हो गई मैं वापस आ जाणी मैं फिर छड्ड आवांगा। वह वापस आ गया। कपाट अड्डे दे विच पंकज जैन दा बेटा ध्रुव जैन ते उहदे नाल कोई अणछत व्यक्ति जिन्हां नूं घेर के उहदे नाल काफ़ी वध घट बदतमीजी कीती आ। ते उस तो बाद फिर जो थाना हरियाणा उन्होंने दसया गया तो उन्होंने वालों इतने थाने लिया कोई बेचने जो बेचने जाना हों तो रात को बेचने दिनों थोड़ा बेचना से असी कोई बेचने वाली कोई कार्रवाई नहीं सरासर गलत आ। यह बदले की भावना के नाल जो है साढ़े साढ़े खिलाफ जी गल क्योंकि पंकज जैन के खिलाफ पहला भी इस थाने के थाने मुलाजम के सट्टा मारन के विरुद्ध मारन के कारण ये पहला ये खिलाफ परचा आया जी तो साढ़े लकड़ चोरिया जी ये वो खिलाफ़ पहले ही बख तरावान ये खिलाफ़ परचा हो चुका जी। ये बदले की भावना के सारा कुछ हो रहा कोई बेचने वाली गल नहीं सर।